नवजोत सिद्धू नूं वड्डा अहुदा मिलन जा रहा है, जे मिलन जा रहा है तां की सेंटर च मिलन जा रहा है जां पंजाब च मिलन जा रहा है, इसे गलबात करनी है। हाईकमान की आसां ला के बैठी है नवजोत सिंह सिद्धू तों, गल इस ते भी करनी है। उधर पंजाब दे विच चरणजीत चन्नी नूं जिहड़ी विजिलेंस सद्दी फिरदी है, तां उधर सेंटर दे विच जे गल करिए दिल्ली दे विच तां अरविंद केजरीवाल नूं ईडी सद्दी जांदी है। तां जिथे चन्नी नूं सद्दण ते जिहड़ी आम आदमी पार्टी ये गल कह रही है कि चन्नी जे सही ने तां फिर जांच तों डर क्यों रहे ने, इल्जाम क्यों कर रहे ने, तां दूजे पासे जो अरविंद केजरीवाल नूं सद्दिया जांदा है ते उत्थे उह कहिंदे कि साडे नाल धक्का हो रिहा, ये दोहरे मापदंड क्यों, गलबात इस ते करनी है। खबरां होर भी ने जिन्हां ते चर्चा करनी है ते अज ਵਿਧਾਇਕ ਆਪਸ ਦੇ ਵਿੱਚ ਭਿੜਨਗੇ, ਕਿੱਥੇ ਭਿੜਨਗੇ, ਕਿਉਂ ਭਿੜਨਗੇ, ਗੱਲਬਾਤ ਇਹਦੇ ਤੇ ਵੀ ਕਰਨੀ ਹੈ। ਸਾਰੀਆਂ ਖਬਰਾਂ ਤੇ ਵਿਸਥਾਰ ਪੂਰਵਕ ਜਿਹੜੀ ਆ ਉਹ ਚਰਚਾ ਕਰਨੀ ਹੈ। ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜੇ ਆ, ਸਭ ਤੋਂ ਪਹਿਲਾਂ ਉਹਨਾਂ ਸਵਾਗਤ ਕਰਦਾ, ਫਿਰ ਪ੍ਰੋਗਰਾਮ ਦੀ ਸ਼ੁਰੂਆਤ। ਅਣਕੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਚ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਸਿੱਧੂ ਸਾਹਿਬ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਅਣਕੀ ਸਾਹਿਬ ਸ਼ੁਰੂਆਤ ਨਾਲ ਥੋੜੀ ਜਿਹੀ ਹਲਕੀ ਫੁਲਕੀ ਖਬਰ ਤੋਂ ਕਰਦੇ ਹਾਂ, ਕਿਉਂਕਿ ਉਦੋਂ ਬਾਅਦ ਚੋਂ ਕਾਫੀ ਗੰਭੀਰਤਾ ਨਾਲ ਲੈਣ ਵਾਲੀਆਂ ਖਬਰਾਂ ਨੇ। ਪਹਿਲਾਂ ਹਲਕੀ ਫੁਲਕੀ ਖਬਰ ਇਹ ਹੈ ਕਿ ਕਹਿੰਦੇ ਅੱਜ ਵਿਧਾਇਕ ਜਿਹੜੇ ਆਪਸ ਚ ਭਿੜਨ ਜਾ ਰਹੇ ਆ, ਕਹਿੰਦੇ ਪੰਜਾਬ ਤੇ ਹਰਿਆਣੇ ਦੇ ਵਿਧਾਇਕਾਂ ਦਾ ਆਪਸ ਦੇ ਵਿੱਚ ਅੱਜ ਕ੍ਰਿਕਟ ਮੈਚ ਹੈ, ਤੇ ਕਹਿੰਦੇ ਕਿ ਇਕੱਲੇ ਸੱਤਾਧਾਰੀਆਂ ਦਾ ਨਹੀਂ ਗਾ, ਪੰਜਾਬ ਦੀਆਂ ਜਿੰਨੀਆਂ ਪਾਰਟੀਆਂ ਨੇ ਸਾਰੀਆਂ ਪਾਰਟੀਆਂ ਨੇ ਵਿਧਾਇਕ ਜਿਹੜੇ ਆਪਸ ਦੇ ਵਿੱਚ ਇਕੱਠੇ ਕਰਕੇ ਤੇ ਹਰਿਆਣੇ ਦੇ ਵਿਧਾਇਕਾਂ ਦੇ ਨਾਲ ਮੈਚ ਲਾਉਣਾ ਕ੍ਰਿਕਟ ਦਾ, ਕੀ ਕੁਝ ਪ੍ਰੋਗਰਾਮ ਹੈ? ਸੁਖਵਿੰਦਰ ਜੀ, ਇੱਕ ਚੰਗਾ ਰੁਝਾਨ ਅਸੀਂ ਆਖ ਸਕਦੇ ਹਾਂ, ਇਹ ਚਾਹੀਦਾ ਵੀ ਹੈਗਾ। ਨਹੀਂ ਤਾਂ ਆਮ ਤੌਰ ਤੇ ਕਈ ਮੁੱਦੇ ਪੰਜਾਬ ਤੇ ਹਰਿਆਣੇ ਦੇ ਵਿਚਕਾਰ ਹਨ ਜਿਨ੍ਹਾਂ ਦੇ ਉੱਤੇ ਦੋਵੇਂ ਰਾਜਾਂ ਦੀਆਂ ਸਰਕਾਰਾਂ ਜਿਹੜੀਆਂ ਆਪਸ ਦੇ ਵਿੱਚ ਭਿੜਦੀਆਂ ਰਹਿੰਦੀਆਂ ਨੇ, ਮਿਣੋ ਮਿਣੀ ਹੁੰਦੀਆਂ ਰਹਿੰਦੀਆਂ ਨੇ, ਤੇ ਉਸ ਸਭ ਦੇ ਵਿੱਚ ਜੇਕਰ ਹੁਣ ਜੇ ਕ੍ਰਿਕਟ ਦਾ ਮੈਚ ਹਰਿਆਣੇ ਔਰ ਪੰਜਾਬ ਦੇ ਵਿਧਾਇਕਾਂ ਦੇ ਵਿਚਕਾਰ ਹੋ ਰਿਹਾ ਸੈਕਟਰ 16 ਦੇ ਵਿੱਚ, ਤੇ ਇਹ ਇੱਕ ਸਾਰਥਕ ਤੇ ਚੰਗਾ ਕਦਮ ਆਖਿਆ ਜਾ ਸਕਦਾ ਭਾਰਤੀ ਲੋਕਤੰਤਰ ਪ੍ਰਣਾਲੀ ਦੇ ਅੰਤਰਗਤ। ਠੀਕ ਆ, ਆਪੋ ਆਪਣੇ ਜਿਹੜੇ ਮੁੱਦੇ ਅਲੱਗ ਅਲੱਗ ਹੋ ਸਕਦੇ ਆ, ਰਾਜਾਂ ਦੇ ਪ੍ਰਤੀ ਵਫ਼ਾਦਾਰੀ ਨਿਭਾਉਣ ਸਮੇਂ ਕਈ ਤਰੀਕੇ ਦੀਆਂ ਜਿਹੜੀਆਂ ਗੱਲਾਂ ਬਾਤਾਂ ਸੁਖਵਿੰਦਰ ਜੀ ਉਹ ਹੁੰਦੀਆਂ ਨੇ। ਕਈ ਵਾਰੀ ਸਿਆਸੀ ਵਿਰੋਧ ਇੰਨਾ ਜ਼ਬਰਦਸਤ ਹੁੰਦਾ ਕਿ ਉੱਥੇ ਤੁਹਾਡੇ ਜਿਹੜਾ ਨਿੱਜੀ ਰਿਸ਼ਤੇ ਹੁੰਦੇ ਆ ਉਹ ਵੀ ਦੱਬ ਕੇ ਜਿਹੜੇ ਰਹਿ ਜਾਂਦੇ ਆ। ਪਰ ਜਿਸ ਤਰੀਕੇ ਨਾਲ ਹੁਣ ਤੁਸੀਂ ਸਥਿਤੀ ਇਹ ਬਿਆਨ ਕੀਤੀ ਆ ਕਿ ਕੇਵਲ ਸੱਤਾਧਾਰੀ ਧਿਰ ਦੇ ਹੀ ਵਿਧਾਇਕ ਨਹੀਂ, ਬਲਕਿ ਉਹ ਵੀ ਵਿਰੋਧੀ ਧਿਰ ਦੇ ਵਿਧਾਇਕ ਵੀ ਇਸ ਜਿਹੜੀ ਟੀਮ ਦੇ ਵਿੱਚ ਪੰਜਾਬ ਦੀ ਟੀਮ ਦੇ ਵਿੱਚ ਸ਼ਾਮਿਲ ਹੋਣਗੇ, ਦੂਜੇ ਪਾਸੇ ਹਰਿਆਣੇ ਦੀ ਟੀਮ 'ਚ ਸ਼ਾਮਿਲ ਹੋਣਗੇ, ਤਾਂ ਇੱਕ ਜਿਹੜੀ ਸਪੋਰਟਸਮੈਨਸ਼ਿਪ ਦੀ ਭਾਵਨਾ ਜਿਹੜੀ ਆ ਸੁਖਵਿੰਦਰ ਜੀ ਉਹ ਇਹਨਾਂ ਵਿਧਾਇਕਾਂ ਦੇ ਵਿੱਚ ਜ਼ਰੂਰ ਆਵੇਗੀ। ਕਿਉਂਕਿ ਜੇਕਰ ਸਪੋਰਟਸਮੈਨਸ਼ਿਪ ਦੇ ਵਿੱਚ ਹਾਰਨ ਔਰ ਜਿੱਤਣ ਦਾ ਜਿਹੜਾ ਸੰਕਲਪ ਹੁੰਦਾ ਉਹ ਵਿਅਕਤੀ ਦੇ ਅੰਦਰ ਉਸ ਮਨੋਬਲ ਨੂੰ ਉੱਚਾ ਕਰਦਾ, ਤਾਂ ਫਿਰ ਉਸੇ ਮਨੋਬਲ ਦੇ ਸਦਕਾ ਹੀ ਜੇਕਰ ਇਹ ਸਿਆਸੀ ਲੀਡਰ ਅੱਜ ਖੇਡ ਦੇ ਮੈਦਾਨ ਦੇ ਵਿੱਚ ਉਤਰਦੇ ਆ ਤੇ ਇੱਕ ਖੇਡ ਭਾਵਨਾ ਨਾਲ ਤਹਿਤ ਖੇਡਦੇ ਆ, ਤਾਂ ਸੁਖਵਿੰਦਰ ਜੀ ਕੁਦਰਤੀ ਤੌਰ ਤੇ ਜਿਹੜੀ ਉਹਨਾਂ ਦੀ ਰਾਜਸੀ ਅਸੀਂ ਕਹਿ ਸਕਦੇ ਕਿ ਮਨੋਬਲ ਜਿਹੜਾ ਆ ਉਹ ਵੀ ਉੱਚਾ ਹੋਵੇਗਾ। ਜ਼ਰੂਰੀ ਨਹੀਂ ਹੁੰਦਾ ਕਿ ਮਿਣੋ ਮਿਣੀ ਗੱਲ ਕਰਕੇ ਹੀ ਅਸੀਂ ਇੱਕ ਦੂਜੇ ਨੂੰ ਨੀਵਾਂ ਵਿਖਾਉਣਾ ਹੈਗਾ। ਹੁਣ ਜਦੋਂ ਖੇਡ ਦੇ ਮੈਦਾਨ ਦੇ ਵਿੱਚ ਦੋਵੇਂ ਰਾਜਾਂ ਦੇ ਵਿਧਾਇਕ ਆਹਮੋ ਸਾਹਮਣੇ ਹੋਣਗੇ, ਗੱਲ ਜਿੱਤ ਜਾਂ ਹਾਰ ਦਾ ਸਵਾਲ ਉੱਥੇ ਨਹੀਂ ਹੋਏਗਾ, ਬਲਕਿ ਆਪਸੀ ਸਦਭਾਵਨਾ ਦਾ ਹੋਵੇਗਾ। ਉਹੋ ਜਿਹੀ ਸਦਭਾਵਨਾ ਸੁਖਵਿੰਦਰ ਜੀ ਜਿਹੜੀ ਕਿਸਾਨ ਅੰਦੋਲਨ ਦੇ ਵਿੱਚ ਵੀ ਹਰਿਆਣੇ ਦੇ ਲੋਕਾਂ ਨੇ, ਹਰਿਆਣੇ ਦੇ ਕਿਸਾਨਾਂ ਨੇ ਉੱਥੇ ਦਿੱਲੀ ਦੇ ਬਾਰਡਰ ਤੇ ਕਿਸਾਨਾਂ ਨਾਲ, ਪੰਜਾਬ ਦੇ ਕਿਸਾਨਾਂ ਨਾਲ ਬੈਠ ਕੇ ਦਿੱਤੀ। ਇਹੋ ਜਿਹੀਆਂ ਸਦਭਾਵ ਜਿਹੜੇ ਯਤਨ ਨੇ ਇਹ ਸਾਰਥਕ ਹੋਣੇ ਚਾਹੀਦੇ ਆ, ਤੇ ਇਹਨਾਂ ਦਾ ਸਵਾਗਤ ਕਰਨਾ ਸੁਖਵਿੰਦਰ ਜੀ ਬਣਦਾ ਆ। ਜ਼ਰੂਰੀ ਨਹੀਂ ਕਿ ਇੱਕ ਦੂਜੇ ਨੂੰ ਮਿਣੋ ਮਿਣੀ ਕਰਕੇ ਹੀ ਅਸੀਂ ਆਪਣੇ ਕੱਦ ਨੂੰ ਉੱਚਾ ਕਰਨ ਦਾ ਯਤਨ ਕਰੀਏ, ਬਲਕਿ ਇਹੋ ਜਿਹੇ ਕਦਮ ਵੀ ਸਾਰਥਕ ਕਦਮ ਜਿਹੜੇ ਲੋਕਤੰਤਰ ਪ੍ਰਣਾਲੀ ਵਿੱਚ ਹੋਣੇ ਚਾਹੀਦੇ ਆ, ਇਹੋ ਇਸ ਦੀ ਖੂਬਸੂਰਤੀ ਹੈ ਜੀ। ਬਿਲਕੁਲ ਬਿਲਕੁਲ। ਚਲੋ ਹੁਣ ਖਬਰ ਅਗਲੀ ਜਿਹੜੀ ਲੈਣੀ ਹੈ, ਅਗਲੀ ਖਬਰ ਲੈ ਲੈਂਦੇ ਹਾਂ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਜਿਹੜੀ ਪੇਸ਼ੀ ਹੋਈ ਹੈ ਵਿਜੀਲੈਂਸ ਦੇ ਕੋਲ ਕੱਲ। ਚਰਨਜੀਤ ਸਿੰਘ ਚੰਨੀ ਪਹਿਲਾਂ ਇੱਥੋਂ ਤੱਕ ਕਹਿ ਗਏ ਕਿ ਮੈਨੂੰ ਧੱਕੇ ਨਾਲ ਫਸਾਇਆ ਜਾ ਰਿਹਾ, ਬਾਹਰ ਨਿਕਲ ਕੇ ਵੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਮੁਗਲਾਂ ਤੋਂ ਵੀ ਵੱਧ ਇਹ ਸਰਕਾਰ ਜਿਹੜੀ ਅੱਤਿਆਚਾਰ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਮੇਰੇ ਤੇ ਪਰਚੀਆਂ ਪੁਰਚੀਆਂ ਨਾਲ ਕੁਛ ਨਹੀਂ ਬਣਨਾ, ਮੇਰੇ ਤੇ ਤਾਂ ਮੂਸੇ ਵਾਲਾ ਆਲੇ ਵਾਲਾ ਕਹਿੰਦੇ ਕੰਮ ਕਰੋਗੇ ਤਾਂ ਫੇਰ ਕੋਈ ਗੱਲ ਬਣਨੀ ਆ ਤੁਹਾਡੀ, ਨਹੀਂ ਤਾਂ ਪਰਚੀਆਂ ਪੁਰਚੀਆਂ ਤੋਂ ਕਹਿੰਦੇ ਮੈਂ ਡਰਨ ਵਾਲਾ ਨਹੀਂ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ, ਕਹਿੰਦੀ ਕਿ ਜੇ ਚੰਨੀ ਨੂੰ ਕੋਈ ਗੱਲ ਡਰ ਨਹੀਂ, ਜੇ ਚੰਨੀ ਨੂੰ ਕੋਈ ਜਿਹੜਾ ਹੈਗਾ ਕੋਈ ਕਿਸੇ ਚੀਜ਼ ਦਾ ਕੋਈ ਗਲਤ ਕੰਮ ਨਹੀਂ ਕੀਤਾ ਤਾਂ ਫਿਰ ਜਾਂਚ ਤੋਂ ਉਹਨਾਂ ਨੂੰ ਡਰ ਕਿਉਂ ਲੱਗ ਰਿਹਾ। ਤੇ ਉੱਧਰ ਜਦੋਂ ਦਿੱਲੀ ਦੇ ਵਿੱਚ ਈਡੀ ਬੁਲਾ ਲੈਂਦੀ ਹੈ ਅਰਵਿੰਦ ਕੇਜਰੀਵਾਲ ਨੂੰ, ਤੇ ਉੱਥੇ ਆਮ ਆਦਮੀ ਪਾਰਟੀ ਕਹਿੰਦੀ ਕਿ ਸਾਡੇ ਨਾਲ ਧੱਕਾ ਹੋ ਰਿਹਾ, ਇਹ ਦੋਹਰੇ ਮਾਪਦੰਡ ਹੈ ਕਿਉਂ, ਕਿਵੇਂ ਦੇਖਦੇ ਇਸ ਪੂਰੀ ਚੀਜ਼ ਨੂੰ? ਸ਼ਰਾਬ ਘੁਟਾਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਸੱਦਿਆ ਗਿਆ,
ਤੇ ਇਧਰ ਕਈ ਵੱਖ ਵੱਖ ਮਾਮਲਿਆਂ ਦੇ ਵਿੱਚ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵੀ ਜਿਹੜਾ ਚਰਨਜੀਤ ਚੰਨੀ ਨੂੰ ਸੱਦਿਆ ਗਿਆ, ਸਵਾਲ ਵੀ ਕਹਿੰਦੇ ਕਾਫੀ ਅਹਿਮ ਪੁੱਛੇ ਗਏ ਉਹਨਾਂ ਤੋਂ। ਸੁਖਵਿੰਦਰ ਜੀ, ਕੱਲ੍ਹ ਤੋਂ ਕੱਲ੍ਹ ਦਾ ਜਦੋਂ ਦਾ ਚਰਨਜੀਤ ਸਿੰਘ ਚੰਨੀ ਨੂੰ ਸੱਦਿਆ ਤੇ ਚਰਨਜੀਤ ਸਿੰਘ ਚੰਨੀ 7 ਘੰਟੇ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ ਬਹਿ ਕੇ ਸਵਾਲ ਜਵਾਬ ਕਰਕੇ ਬਾਹਰ ਆਏ, ਉਦੋਂ ਤੋਂ ਸਿਆਸਤ ਜਿਹੜੀ ਆ ਸੁਖਵਿੰਦਰ ਜੀ ਕਾਫੀ ਗਰਮਾਈ ਆ, ਕਿਉਂਕਿ ਜਿੱਥੇ ਚਰਨਜੀਤ ਸਿੰਘ ਚੰਨੀ ਨੇ ਸਾਹਮਣੇ ਆਣ ਕੇ ਸੱਤਾਧਾਰੀ ਧਿਰ ਤੇ ਇਲਜ਼ਾਮ ਲਾਏ, ਉੱਥੇ ਹਰਪਾਲ ਚੀਮਾ ਨੇ ਵੀ ਉਸੇ ਤਰੀਕੇ ਨਾਲ ਮੋੜਵੇਂ ਜਵਾਬ ਦਿੱਤੇ ਜਿਸ ਤਰੀਕੇ ਦੀ ਤੁਸੀਂ ਵਿਆਖਿਆ ਕੀਤੀ ਕਿ ਹਾਂ ਭਾਈ ਜੇ ਤੁਹਾਨੂੰ ਡਰ ਨਹੀਂ, ਜੇ ਤੁਸੀਂ ਕੁਝ ਗਲਤ ਨਹੀਂ ਕੀਤਾ ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ। ਖੈਰ, ਇਹ ਇੱਕ ਅਲੱਗ ਤਰ੍ਹਾਂ ਦਾ ਵਿਸ਼ਾ। ਚਰਨਜੀਤ ਸਿੰਘ ਚੰਨੀ ਹੁਣੀ ਵਿਜੀਲੈਂਸ ਦੇ ਦਫ਼ਤਰ ਜਾਂਦੇ ਆ, 7 ਘੰਟੇ ਉਹਨਾਂ ਦੀ ਗੱਲਬਾਤ ਹੁੰਦੀ ਹੈ ਤੇ 7 ਘੰਟਿਆਂ ਤੋਂ ਬਾਅਦ ਜਦੋਂ ਉਹ ਬਾਹਰ ਆਣ ਕੇ ਪ੍ਰੈਸ ਨੂੰ ਬਰੀਫਿੰਗ ਦਿੰਦੇ ਆ ਤਾਂ ਉਹਨਾਂ ਦੀ ਬਾਡੀ ਲੈਂਗੁਏਜ, ਉਹਨਾਂ ਦਾ ਗੱਲਬਾਤ ਕਰਨ ਦਾ ਲਹਿਜ਼ਾ, ਉਹਨਾਂ ਦੀ ਡਾਇਲੈਕਟ ਡਿਲੀਵਰੀ ਬਹੁਤ ਕੁਝ ਇਹੋ ਜਿਹਾ ਦਰਸਾਉਣ ਦਰਸਾ ਰਿਹਾ ਸੀ ਕਿ ਅੰਦਰ ਚਰਨਜੀਤ ਸਿੰਘ ਚੰਨੀ ਨਾਲ ਕਾਫੀ ਜਿਹੜੀ ਆ ਜਿਹੜੀ ਗੱਲਬਾਤ ਜਿਹੜੀ ਹੋਈ ਆ ਤੇ ਜਿਹਦੇ ਵਿੱਚ ਉਹ ਪਰੇਸ਼ਾਨ ਤੇ ਗੁੱਸਾ ਜਿਹੜਾ ਸਾਫ਼ ਜਿਹੜਾ ਝਲਕਦਾ ਪਿਆ ਸਾਹਮਣੇ ਬਾਹਰ ਆਇਆ। ਪ੍ਰੈਸ ਨੂੰ ਬਰੀਫ ਕਰਦਿਆਂ ਉਹਨਾਂ ਨੇ ਕਿਹਾ ਕਿ ਉਹਨਾਂ ਉੱਤੇ ਬੜੇ ਇਲਜ਼ਾਮ ਲਾਏ ਗਏ ਨੇ, ਪਰ ਉਹਨਾਂ ਨੇ ਆਪਣੇ ਰਟੇ ਰਟਾਈ ਸ਼ਬਦਾਂ 'ਚ ਉਹੀ ਗੱਲਾਂ ਕੀਤੀਆਂ ਜਿਵੇਂ ਖੁਦ ਜੀ ਮੈਂ ਗਰੀਬ ਹਾਂ, ਦਲਿਤ ਹਾਂ, ਮੇਰੇ ਘਰ ਦੀ ਕੁਰਕੀ ਵੀ ਹੋ ਗਈ ਆ, ਇਹ ਹੋ ਗਿਆ, ਉਹ ਹੋ ਗਿਆ। ਖੈਰ, ਇਹੋ ਜਿਹੀਆਂ ਗੱਲਾਂ ਕਹਿ ਕੇ ਤੇ ਅਖੀਰ ਉਹਨਾਂ ਨੇ ਆਪਣਾ ਗੁੱਸਾ ਇਸ ਗੱਲ ਤੇ ਛੱਡ ਦਿੱਤਾ ਕਿ ਹਾਂ ਵੀ ਇਹ ਮੈਨੂੰ ਮਾਰਨਾ ਚਾਹੁੰਦੇ ਆ, ਸਿੱਧੂ ਮੂਸੇ ਵਾਲਾ ਹਾਲ ਕਰਨਾ ਚਾਹੁੰਦੇ ਆ, ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀ ਸਿਆਸੀ ਬਿਆਨਬਾਜ਼ੀ ਹੁੰਦੀ ਹੈ। ਸੁਖਵਿੰਦਰ ਜੀ, ਪ੍ਰਸ਼ਨ ਇਹ ਨਹੀਂ ਕਿ ਤੁਸੀਂ ਸੱਤਾਧਾਰੀ ਧਿਰ ਤੇ ਜੇ ਅਜਿਹੇ ਇਲਜ਼ਾਮ ਲਾ ਰਹੇ ਜੇ ਕਿ ਉਹ ਤੁਹਾਨੂੰ ਮਰਨ ਮਰਾਉਣ ਦੀ, ਗੱਲ ਇਹ ਹੈਗੀ ਕਿ ਜੇਕਰ ਤੁਹਾਡੇ ਤੇ ਦੋਸ਼ ਆਇਦ ਹੋਏ ਨੇ, ਕਿਉਂਕਿ ਦੋਸ਼ ਵੈਸੇ ਆਇਦ ਨਹੀਂ ਹੋਏ। ਸੁਖਵਿੰਦਰ ਜੀ, ਸਭ ਤੋਂ ਪਹਿਲਾਂ ਭੁਪਿੰਦਰ ਹਣੀ ਦਾ ਮੁੱਦਾ, ਜਦੋਂ 10 ਕਰੋੜ ਦੀ ਰਾਸ਼ੀ ਉਹਦੇ ਕੋਲ ਬਰਾਮਦ ਹੁੰਦੀ ਆ, ਜਦੋਂ ਉਹਦੀ ਗੱਡੀ ਤੇ ਸਟੀਕਰ MLA ਦਾ ਸਟੀਕਰ ਨਿਕਲਦਾ, ਜਦੋਂ ਉਹ ਚਰਨਜੀਤ ਸਿੰਘ ਚੰਨੀ ਹੋਣਾ ਦੇ ਨਾਲ ਜਦੋਂ ਉਹ ਮੁੱਖ ਮੰਤਰੀ ਹੁੰਦੇ ਤੇ ਬਤੌਰ ਉਹਨਾਂ ਦਾ ਸਹਾਇਕ ਬਣ ਕੇ ਜਾਂਦਾ ਤੇ ਉੱਥੇ SSP ਤੇ DC ਨੂੰ ਇੰਸਟ੍ਰਕਸ਼ਨ ਉਹ ਦਿੰਦਾ, ਘੱਟ ਤੋਂ ਘੱਟ ਫਿਰ ਉਹਦੇ ਪਰਦੇ ਵੀ ਜਿਹੜੇ ਸਾਫ਼ ਹੋ ਜਾਣੇ ਚਾਹੀਦੇ ਆ। ਹੁਣ ਚਰਨਜੀਤ ਸਿੰਘ ਚੰਨੀ ਹੋਣਾ ਵੱਲੋਂ ਇਹ ਕਹਿੰਦੇ ਕਿ ਵੇਖੋ ਜੀ ਮੈਨੂੰ ਤਾਂ ਕੁਝ ਪਤਾ ਨਹੀਂ, ਹਾਲਾਂਕਿ ਉਹ ਬੜੇ ਜਿਸ ਤਰੀਕੇ ਦਾ ਉਹਨਾਂ ਦਾ ਦਾਜਾ ਬੜੀ ਭੋਲੀ ਭਾਲੇ ਸੂਰਜ 'ਚ ਬੀਬੇ ਜੇ ਕਬੂਤਰ ਜੇ ਬਣ ਕੇ ਇੱਦਾਂ ਦੀਆਂ ਉਹ ਗੱਲਾਂ ਕਹਿ ਦਿੰਦੇ ਆ, ਪਰ ਸੁਖਵਿੰਦਰ ਜੀ ਜਿਸ ਤਰੀਕੇ ਨਾਲ ਬੀਤੇ ਦੌਰ 'ਚ ਭੁਪਿੰਦਰ ਹਣੀ ਦਾ ਜਲਵਾ ਤੇ ਖਾਸ ਤੌਰ ਤੇ ਇੱਕ ਰਕੇਸ਼ ਚੌਧਰੀ ਜਿਹੜਾ ਮਾਈਨਿੰਗ ਦਾ ਮੁੱਦੇ ਜਿਹੜੇ ਨਾਮ ਆਉਂਦੇ ਨੇ ਸੁਖਵਿੰਦਰ ਜੀ, ਪੰਜਾਬ ਦੇ ਲੋਕ ਉਹਨਾਂ ਤੋਂ ਚੰਗੀ ਤਰ੍ਹਾਂ ਜਾਣੂ ਆ, ਔਰ ਪੰਜਾਬ ਦੇ ਲੋਕ ਇਹ ਚਾਹੁੰਦੇ ਆ ਤੇ ਸੱਤਾਧਾਰੀ ਧਿਰ ਦੀ ਗੱਲ ਨਹੀਂ ਹੈ, ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਹਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜ਼ਰੂਰ ਨਤਰਿਆ ਹੋਣਾ ਚਾਹੀਦਾ, ਸਾਹਮਣੇ ਸਭ ਕੁਝ ਆਉਣਾ ਚਾਹੀਦਾ, ਕਿਉਂਕਿ ਇਹੋ ਚਰਨਜੀਤ ਸਿੰਘ ਚੰਨੀ ਜਦੋਂ ਦੇ ਪੰਜਾਬ ਦੇ ਵਿੱਚੋਂ ਕਾਂਗਰਸ ਹਾਰਦੀ ਆ ਤਾਂ ਉਸ ਤੋਂ ਬਾਅਦ 1 ਸਾਲ ਇਹ ਵਿਦੇਸ਼ ਚਲੇ ਜਾਂਦੇ ਆ। ਵਿਜੀਲੈਂਸ ਨੇ ਇਹ ਵੀ ਗੱਲ ਪੁੱਛੀ ਆ ਕਿ ਵਿਦੇਸ਼ ਦੇ ਵਿੱਚ ਜਾ ਕੇ ਤੁਸੀਂ ਕੀ ਕੀਤਾ, ਕਿੱਥੋਂ ਕਿੱਥੋਂ ਤੁਹਾਨੂੰ ਤੁਹਾਡੇ ਰਹਿਣ ਸਹਿਣ ਦਾ ਖਰਚਾ ਕਿੱਥੋਂ ਪ੍ਰਬੰਧ ਕੀਤਾ, ਤੁਹਾਡੇ ਨਿਵੇਸ਼ ਉੱਥੇ ਕੀਤਾ, ਬੜੇ ਕੁਝ ਉਹਨਾਂ ਨੇ ਉਹਨਾਂ ਦੇ ਵਿਦੇਸ਼ੀ ਦੌਰੇ ਨੂੰ ਵੀ ਸਵਾਲ ਕੀਤਾ। ਹੁਣ ਸੁਖਵਿੰਦਰ ਜੀ ਗੱਲ ਇਹ ਆ ਜਿਸ ਤਰੀਕੇ ਨਾਲ ਹਰਪਾਲ ਚੀਮੇ ਨੇ ਇਹ ਗੱਲ ਕਹੀ ਕਿ ਠੀਕ ਆ ਜੇ ਤੁਸੀਂ ਗਲਤ ਨਹੀਂ ਤਾਂ ਫਿਰ ਤੁਸੀਂ ਪੇਸ਼ ਕਰੋ ਆਪਣੇ ਦਾਅਵੇ, ਆਪਣੀ ਗੱਲਬਾਤ ਸਾਫ਼ ਹੋਣੀ ਚਾਹੀਦੀ ਆ, ਤਾਂ ਇਹ ਠੀਕ ਆ। ਬਾਕੀ ਚਰਨਜੀਤ ਸਿੰਘ ਚੰਨੀ ਦੇ ਦੁਆਲੇ ਜਿਸ ਤਰੀਕੇ ਨਾਲ ਵਿਜੀਲੈਂਸ ਕੱਜਾ ਸੁਖਵਿੰਦਰ ਜੀ ਕੱਸਣ ਲਈ ਆ, ਆਉਂਦੇ ਆ ਦਿਨ ਜਿਹੜੇ ਸੁਖਵਿੰਦਰ ਜੀ ਚਰਨਜੀਤ ਸਿੰਘ ਚੰਨੀ ਵਾਸਤੇ ਮੁਸ਼ਕਲਾਂ ਭਰਪੂਰ ਹੋ ਸਕਦੇ ਆ। ਹੁਣ ਦੂਜੇ ਪਾਸੇ ਦੀ ਗੱਲ ਕਰ ਲਈਏ, ਦੂਜੇ ਪਾਸੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਉਹਨਾਂ ਨੂੰ ਹੁਣ CBI ਨੇ ਐਤਵਾਰ ਸੱਦ ਲਿਆ ਕਿ ਠੀਕ 12 ਵਜੇ ਤੁਸੀਂ ਆਣ ਕੇ ਆਪਣੀ ਗੱਲਬਾਤ ਜਿਹੜੀ ਕਰੋ। ਹਾਲਾਂਕਿ ਅਜੇ ਤੱਕ ਜਿਹੜੀ ਮਾਫ਼ ਕਰਦਾ ED ਨੇ ਜਿਹੜੀ ਚਾਰਜਸ਼ੀਟ ਪੇਸ਼ ਕੀਤੀ ਆ ਉਹਦੇ ਵਿੱਚ ਕਿਤੇ ਵੀ ਕੇਜਰੀਵਾਲ ਦਾ ਜਿਹੜਾ ਨਾਮ ਆ ਉਹ ਨਹੀਂ ਹੈਗਾ, ਪਰ ਇਸ ਦੇ ਬਾਵਜੂਦ ਜਿਹੜੇ 2 ਗਵਾਹ ਨੇ ਉਹਨਾਂ ਨੇ ਜਿਹੜਾ ਜ਼ਿਕਰ ਆ ਉਹ ਜ਼ਰੂਰ ਕੀਤਾ। ਉਹਨਾਂ ਗਵਾਹਾਂ ਦੇ ਬਿਆਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਨਾਂ ਆਉਣ ਤੇ CBI ਨੇ ਤਾਂ ਉਹਨਾਂ ਨੂੰ ਐਤਵਾਰ ਸੱਦਿਆ। ਹੁਣ ਜੋ ਵਰਸ਼ਨ ਹੈ CBI ਧਿਰ ਦਾ ਉਹ ਇਹ ਆ ਕਿ ਜਿਹੜੇ ਇੰਡੋ ਸਪਲਿਟ ਦੇ ਮਾਲਕ ਨੇ ਸੁਮੀਤ ਮਹਿੰਦਰੂ, ਉਹ ਕਹਿੰਦੇ ਨੇ ਕਿ ਮੇਰੀ ਇੱਕ ਵਾਰ ਫੇਸ ਟਾਈਮ ਦੇ ਥਰੂ ਜਿਹੜੀ ਆ ਗੱਲਬਾਤ ਅਰਵਿੰਦ ਕੇਜਰੀਵਾਲ ਨਾਲ ਹੋਈ, ਤੇ ਇਹ ਜਿਹੜੀ ਗੱਲਬਾਤ ਆ ਇਹ ਜਿਹੜੇ ਉਹਨਾਂ ਦੇ ਸੈਕਟਰੀ ਵਿਜੇ ਨਾਇਰ ਨਾਮ ਦਾ ਇੱਕ ਬੰਦਾ ਆ ਉਹਨੇ ਜਿਹੜੀ ਗੱਲਬਾਤ ਕਰਾਈ ਆ। ਵਿਜੇ ਨਾਇਰ ਜਿਹੜਾ ਸਮੀਰ ਮਹਿੰਦਰੂ ਉਹ ਇਹ ਗੱਲ ਕਹਿੰਦਾ ਕਿ ਵਿਜੇ ਨਾਇਰ ਨੇ 3 ਵਾਰ ਮੁਲਾਕਾਤ ਕਰਾਉਣ ਦਾ ਯਤਨ ਕੀਤਾ ਅਰਵਿੰਦ ਕੇਜਰੀਵਾਲ ਨਾਲ, ਪਰ ਉਹ ਮੁਲਾਕਾਤ ਕਿਸੇ ਕਾਰਨ ਨਹੀਂ ਹੁੰਦੀ ਰਹੀ ਜਾਂ ਮੁੱਖ ਮੰਤਰੀ ਟਾਈਮ ਨਹੀਂ ਦਿੰਦੇ ਰਹੇ। ਫਿਰ ਇੱਕ ਵਾਰ ਉਹ ਜਿਹੜਾ ਵਿਜੇ ਨਾਇਰ ਨੇ ਗੱਲਬਾਤ ਫੇਸ ਟਾਈਮ ਜਿਹੜੀ ਐਪ ਹੁੰਦੀ ਹੈ ਉਹਦੇ ਥਰੂ ਅਰਵਿੰਦ ਕੇਜਰੀਵਾਲ ਨਾਲ ਕਰਾਈ, ਤਾਂ ਅਰਵਿੰਦ ਕੇਜਰੀਵਾਲ ਨੇ ਸਮੀਰ ਮਹਿੰਦਰੂ ਨੂੰ ਇਹ ਗੱਲ ਕਹੀ ਕਿ ਹਾਂ ਵੀ ਤੁਸੀਂ ਵਿਜੇ ਨਾਇਰ ਆਪਣਾ ਬੰਦਾ, ਤੁਸੀਂ ਇਹਦੇ ਕਹਿਣ ਤੇ ਜਿਹੜਾ ਕੰਮ ਕਰੋ। ਹੁਣ ਇਸ ਆਧਾਰ ਤੇ CBI ਨੇ ਐਤਵਾਰ ਸੱਦਿਆ, ਕਿਉਂਕਿ ਉਹਨਾਂ ਨੂੰ ਡਰ ਆ ਕਿ CBI ਕਿ ਮਾਫ਼ ਕਰਨਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਵਲੰਟੀਅਰ ਕੋਈ ਹੰਗਾਮਾ ਖੜਾ ਨਾ ਕਰਨ। ਹੁਣ ਇਹ ਸਭ ਕਾਸੇ ਦੇ ਵਿੱਚ ਸੁਖਵਿੰਦਰ ਜੀ ਆਉਂਦਿਆਂ ਦਿਨਾਂ 'ਚ ਇਸ ਤਰ੍ਹਾਂ ਲੱਗਦਾ ਕਿ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਜਿਹੜੀਆਂ
ਵੱਧ ਸਕਦੀਆਂ ਨੇ ਕਿਉਂਕਿ ਇਹ ਉਹੋ ਹੀ ਦੋ ਬੰਦੇ ਨੇ ਜਿਨ੍ਹਾਂ ਦੇ ਆਧਾਰ ਤੇ ਮਨੀਸ਼ ਸਿਸੋਦੀਆ ਨੂੰ ਸੱਦਿਆ ਗਿਆ। CBI ਨੇ ਉਹਨਾਂ ਨੂੰ ਸੱਦਿਆ ਸੀ ਤੇ CBI ਨੇ ਫਿਰ ਬਾਅਦ ਚ ਉਹਨਾਂ ਨੂੰ ਉੱਥੇ ਹੀ ਭਾਲ ਲਿਆ, ਅਰੈਸਟ ਕਰ ਲਿਆ ਤੇ ਫਿਰ ਜੇਲ੍ਹ ਦੇ ਵਿੱਚ ਹੀ ED ਨੇ ਮਨੀਸ਼ ਸਿਸੋਦੀਆ ਨੂੰ ਵੀ ਅਰੈਸਟ ਕਰ ਦਿਆ। ਸੋ ਹੁਣ ਇਸ ਸਭ ਕਾਸੇ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਜਿਹੜੇ ਦਿਨ ਨੇ ਉਹ ਵੀ ਮੁਸ਼ਕਲਾਂ ਭਰਪੂਰ ਹੋ ਸਕਦੇ ਆ। ਤੁਹਾਡਾ ਪ੍ਰਸ਼ਨ ਸੀ ਕਿ ਜਦੋਂ ਇੱਥੇ ਪੰਜਾਬ ਦੇ ਵਿੱਚ ਕਾਰਵਾਈ ਵਿਜੀਲੈਂਸ ਜਿਹੜੀ ਕਰਦੀ ਆ ਆਪਣੇ ਕਾਂਗਰਸੀ ਜਾਂ ਜਿਹੜੇ ਬਾਕੀ ਸਾਬਕਾ ਕਈ ਵੀ ਵਿਧਾਇਕਾਂ ਦੇ ਖਿਲਾਫ ਕਰਦੀ ਆ, ਤੇ ਇੱਥੇ ਕਹਿੰਦੇ ਨੇ ਸੀ ਅਸੀਂ ਪੰਜਾਬ ਦਾ ਜਿਹੜਾ ਲੁੱਟਿਆ ਪੈਸਾ ਆ ਉਹ ਪੰਜਾਬ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਣਾ ਤੇ ਤਾਂ ਕਰਕੇ ਅਸੀਂ ਇਹ ਕੁਝ ਕਰ ਰਹੇ ਹਾਂ, ਤੇ ਦੂਜੇ ਪਾਸੇ ਜਦੋਂ ਉਹਨਾਂ ਦੇ ਮੁੱਖ ਮੰਤਰੀ ਨੂੰ CBI ਸੱਦਦੀ ਆ ਤਾਂ ਸੁਖਵਿੰਦਰ ਜੀ ਫਿਰ ਇਹੋ ਹੀ ਆਮ ਆਦਮੀ ਪਾਰਟੀ ਆਪਣਾ ਸਟੇਰਿੰਗ ਦੂਜੇ ਪਾਸੇ ਮੋੜ ਲੈਂਦੀ ਹੈ ਤੇ ਕਹਿ ਦਿੰਦੀ ਕਿ ਕੇਂਦਰ ਸਰਕਾਰ ਉਹਨਾਂ ਨਾਲ ਵਧੀ ਕੀ ਕਰ ਰਿਹਾ। ਸੁਖਵਿੰਦਰ ਜੀ ਇਹ ਦੋਹਰੇ ਮਾਪਦੰਡ ਕੇਵਲ ਆਮ ਆਦਮੀ ਪਾਰਟੀ ਦੇ ਨਹੀਂ ਆ, ਇਹ ਹਰ ਸਰਕਾਰਾਂ ਸਮੇਂ ਸਮੇਂ ਤੇ ਜਿਹੜੀਆਂ ਕਰਦੀਆਂ ਨੇ। ਹੁਣ ਜੇਕਰ ਪ੍ਰਸ਼ਨ ਇਹ ਹੈ ਕਿ ਇਸ ਵੇਲੇ ਜਿੱਥੋਂ ਮੈਂ ਜੇਕਰ ਗਲਤ ਨਾ ਹੋਵਾਂ ਤੇ ਆਮ ਆਦਮੀ ਪਾਰਟੀ ਦੇ ਦੋ ਮੰਤਰੀ ਜਿਹੜੇ ਨੇ ਉਹ ਇਸ ਵੇਲੇ ਜੇਲ੍ਹ ਦੇ ਅੰਦਰ ਨੇ, ਇੱਕ ਤਾਂ ਮਨੀਸ਼ ਸਿਸੋਦੀਆ ਤੇ ਇੱਕ ਸਤਿੰਦਰ ਜੈਨ, ਜੇਕਰ ਨਾ ਮੈਂ ਗਲਤ ਨਾ ਕਹਿ ਰਿਹਾ ਹੋਵਾਂ, ਇਹ ਦੋ ਬੰਦੇ ਅੰਦਰ ਨੇ। ਤਾਂ ਜੇਕਰ ਇਹ ਦੋ ਜਣੇ ਅੰਦਰ ਨੇ ਕੁਝ ਨਾ ਕੁਝ ਕੀਤਾ, ਕਿਉਂਕਿ CBI ਆਮ ਤੌਰ ਤੇ ਕਿਹਾ ਜਾਂਦਾ ਕਿ ਕੇਂਦਰ ਸਰਕਾਰ ਦਾ ਤੋਤਾ ਹੁੰਦੀ ਜਾਂ ED ਉਹਦੇ ਇਸ਼ਾਰੇ ਤੇ ਕੰਮ ਕਰਦੀ ਆ, ਪਰ ਸੁਖਵਿੰਦਰ ਜੀ ਆਟੇ ਦੇ ਵਿੱਚ ਤੁਸੀਂ ਲੂਣ ਤਾਂ ਗੁੰਨ ਸਕਦੇ ਜੇ ਇਕੱਲੇ ਲੂਣ ਨੂੰ ਨਹੀਂ ਗੁੰਨ ਸਕਦੇ। ਸੋ ਜੇਕਰ CBI ਨੇ ਇਹਨਾਂ ਦੋ ਬੰਦਿਆਂ ਨੂੰ ਹੱਥ ਪਾ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਜਾਇਆ ਤਾਂ ਇਹਨਾਂ ਦੇ ਸੰਬੰਧੀ ਕਾਰਵਾਈ ਚੱਲਦੀ ਪਈ ਆ, ਤਾਂ ਸੁਖਵਿੰਦਰ ਜੀ ਫਿਰ ਕੁਝ ਨਾ ਕੁਝ ਜ਼ਰੂਰ ਹੈਗਾ। ਤਾਂ ਉਸ ਨੂੰ ਵੀ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇਹ ਗੱਲ ਕਹਿੰਦੀ ਕਿ ਅਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਤਾਰਨਾ, ਫਿਰ ਉਸੇ ਤਰੀਕੇ ਨਾਲ ਸੁਖਵਿੰਦਰ ਜੀ ਉੱਥੇ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਫ਼ ਹੋ ਜਾਣਾ ਚਾਹੀਦਾ ਆ। ਇਹ ਚੀਜ਼ ਨੂੰ ਫਿਰ ਰਾਜਨੀਤਿਕ ਮੁੱਦਾ ਜਿਹੜਾ ਉਹ ਨਹੀਂ ਬਣਾਉਣਾ ਚਾਹੀਦਾ। ਜ਼ਰੂਰੀ ਨਹੀਂ ਕਿ ਜਦੋਂ ਤੁਹਾਡੇ ਨਾਲ ਕਾਰਵਾਈ ਹੋਵੇ ਤੇ ਤੁਸੀਂ ਕਹੋ ਜੀ ਬਦਲਾ ਲਓ ਕਾਰਵਾਈ ਆ, ਤੇ ਦੂਜੇ ਪਾਸੇ ਜਦੋਂ ਤੁਸੀਂ ਕਿਸੇ ਨਾ ਕਰੋ ਤਾਂ ਤੁਸੀਂ ਕਹੋ ਅਸੀਂ ਇਨਸਾਫ਼ ਕਰ ਰਹੇ ਹਾਂ। ਅਜਿਹੇ ਦੋਹਰੇ ਮਾਪਦੰਡ ਸੁਖਵਿੰਦਰ ਜੀ ਕਿਸੇ ਵੀ ਪਾਰਟੀ ਨੂੰ ਨਹੀਂ ਕਰਨੇ ਚਾਹੀਦੇ। ਜੀ ਬਿਲਕੁਲ ਬਿਲਕੁਲ। ਚਲੋ ਉਧਰ ਅਣਖੀ ਸਾਹਿਬ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜੇ ਪਾਰਟੀ ਹਾਈਕਮਾਨ ਉਹਨਾਂ ਤੇ ਕਹਿੰਦੇ ਭਰੋਸਾ ਜਿਤਾਉਣ ਜਾ ਰਹੀ ਹੈ, ਕੋਈ ਵੱਡਾ ਅਹੁਦਾ ਦੇਣ ਜਾ ਰਹੀ ਹੈ, ਉਹ ਵੀ ਕਹਿੰਦੇ ਸੈਂਟਰ ਦੇ ਵਿੱਚ ਮਿਲ ਸਕਦਾ ਹੈ, ਔਰ ਇਹਨੂੰ ਆਪਾਂ ਕੀ ਸਮਝੀਏ ਕਿ ਨਵਜੋਤ ਸਿੰਘ ਸਿੱਧੂ ਨੂੰ 24 ਦੇ ਵਿੱਚ ਹਾਈਕਮਾਨ ਦੇ ਵੱਲੋਂ ਪੂਰੀ ਤਰੀਕੇ ਦੇ ਨਾਲ ਵਰਤਣ ਦੀ ਤਿਆਰੀ ਹੈ, ਤਾਂ ਕੀ ਇਹ ਵਰਤ ਕੇ ਪਹਿਲਾਂ ਵਾਂਗ ਨਵਜੋਤ ਸਿੰਘ ਸਿੱਧੂ ਪਾਸੇ ਹੋ ਕੀਤੇ ਜਾਣਗੇ, ਜਾਂ ਕੀ ਲੱਗਦਾ ਹੈ ਕਿ ਜਾਂ ਨਵਜੋਤ ਸਿੰਘ ਸਿੱਧੂ ਦੀ ਹੁਣ ਬੁੱਕ ਵਾਕਈ ਪੈਣ ਜਾ ਰਹੀ? ਸੋ ਸੁਖਵਿੰਦਰ ਜੀ ਜਿਹੜਾ ਤੁਸੀਂ ਮੈਨੂੰ ਪ੍ਰਸ਼ਨ ਕੀਤਾ ਨਵਜੋਤ ਸਿੱਧੂ ਦੇ ਸੰਬੰਧ ਵਿੱਚ, ਪ੍ਰਸ਼ਨ ਤਾਂ ਇੱਕ ਆ ਪਰ ਇਸ ਦੇ ਤਿੰਨ ਅਲੱਗ ਅਲੱਗ ਹਿੱਸੇ ਨੇ। ਇੱਕ ਤਾਂ ਇਹ ਆ ਕਿ ਕੀ ਕਾਂਗਰਸ ਹਾਈਕਮਾਨ ਨਵਜੋਤ ਸਿੱਧੂ ਨੂੰ ਅਹੁਦਾ ਦੇਵੇਗੀ, ਤੇ ਦੂਜਾ ਤੁਹਾਡਾ ਸਵਾਲ ਇਹ ਸੀ ਕਿ ਕਿਤੇ ਉਹਨਾਂ ਨੂੰ ਪਹਿਲਾਂ ਤੋਂ ਵਾਂਗੂ ਵਰਤਿਆ ਤਾਂ ਨਹੀਂ ਜਾ ਸਕੇਗਾ ਜਾਂ ਵਰਤਿਆ ਤਾਂ ਨਹੀਂ ਜਾਵੇਗਾ। ਤੀਸਰਾ ਇਹ ਅਹੁਦਾ ਦੇਵੇ ਨਹੀਂ ਕਿ ਅਹੁਦਾ ਦੇਣ ਜਾ ਰਹੀ ਹੈ, ਮੈਂ ਪੁੱਛ ਰਿਹਾ ਕਹਿੰਦੇ ਕਨਸੋਲ ਜੀ 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 ਅਹੁਦਾ ਦੇਣ ਜਾ ਰਹੀ ਹੈ ਜੀ। ਤਾਂ ਉਸ ਵੱਧ ਚ ਸੁਖਵਿੰਦਰ ਜੀ ਜਿਹੜਾ ਜਿਸ ਤਰੀਕੇ ਦਾ ਬੀਤੇ ਦਿਨਾਂ ਦਾ ਨਵਜੋਤ ਸਿੱਧੂ ਦਾ ਵਰਤਾਰੇ ਨੂੰ ਅਗਰ ਵੇਖੀ ਤਾਂ ਜਿਸ ਤਰੀਕੇ ਨਾਲ ਕਾਂਗਰਸ ਹਾਈਕਮਾਨ ਨੂੰ ਉਹ ਜਾ ਕੇ ਮਿਲੇ ਨੇ ਜਿਹਨਾਂ ਵਿੱਚ ਪਾਰਟੀ ਪ੍ਰਧਾਨ ਮਲਕਾ ਰਾਜਨ ਖੜ ਗਏ ਆ, ਦੂਜੇ ਪਾਸੇ ਕਈ ਵੇਨੂੰ ਪ੍ਰਸ਼ਾਦ ਜਿਹੜੇ ਜਨਰਲ ਸੈਕਟਰੀ ਨੇ, ਪ੍ਰਿਯੰਕਾ ਗਾਂਧੀ ਆ, ਰਾਹੁਲ ਗਾਂਧੀ ਆ, ਉਹਨਾਂ ਨਾਲ ਉਹਨਾਂ ਦਾ ਮੁਲਾਕਾਤਾਂ ਦਾ ਸਿਲਸਿਲਾ ਸੁਖਵਿੰਦਰ ਜੀ ਜਾਰੀ ਹੈ। ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਉਹ ਪੰਜਾਬ ਦੇ ਵਿੱਚ ਆਉਂਦੇ ਆ ਤੇ ਪੰਜਾਬ 'ਚ ਆਣ ਕੇ ਆਪਣੀ ਬੋਲਬਾਣੀ ਤੇ ਪੂਰਾ ਕੰਟਰੋਲ ਰੱਖ ਕੇ ਜਿੱਥੇ ਉਹ ਇਸ ਵੇਲੇ ਸਰਗਰਮ ਰਾਜਨੀਤੀ ਦਾ ਹਿੱਸਾ ਬਣਦੇ ਪਏ ਨੇ, ਖਾਸ ਤੌਰ ਤੇ ਜਲੰਧਰ ਦੀ ਜਿਮਨੀ ਚੋਣ ਦੇ ਵਿਚਕਾਰ ਆਪਣੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਆ, ਉਹ ਸਭ ਕਾਸੇ ਤੋਂ ਸੁਖਵਿੰਦਰ ਜੀ ਇਹ ਲੱਗਦਾ ਕਿ ਕੇਂਦਰ ਦੀ ਹਾਈਕਮਾਨ ਕਾਂਗਰਸ ਦੀ ਹਾਈਕਮਾਨ ਵੱਲੋਂ ਉਹਨਾਂ ਨੂੰ ਕੋਈ ਅਹਿਮ ਜ਼ਿੰਮੇਵਾਰੀ ਦੇਣ ਦਾ ਜਿਹੜਾ ਇਸ਼ਾਰਾ ਉਹ ਹੋ ਚੁੱਕਾ। ਇਸ ਦਾ ਸੁਖਵਿੰਦਰ ਜੀ ਕਾਰਨ ਇਹ ਆ, ਅਗਰ ਵੇਖਿਆ ਜਾਵੇ ਤਾਂ ਕੇਂਦਰ ਦੀ ਕਾਂਗਰਸ ਦੀ ਹਾਈਕਮਾਨ ਦੇ ਵਿੱਚ ਇਸ ਵੇਲੇ ਜੇਕਰ ਸਿੱਖ ਲੀਡਰ ਦੀ ਤੌਰ ਤੇ ਗੱਲ ਕਰਾਂ ਤਾਂ ਇੱਕ ਖਲਾਅ ਦੀ ਜਿਹੜੀ ਸੁਖਵਿੰਦਰ ਜੀ ਸਥਿਤੀ ਉੱਥੇ ਨਜ਼ਰ ਆਉਂਦੀ ਆ। ਕੋਈ ਵੀ ਜਿਹੜੇ ਕਾਂਗਰਸ ਦੇ ਮੇਨ ਥੰਮ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਰਹੇ ਨੇ, ਸੁਖਵਿੰਦਰ ਜੀ ਹੌਲੀ ਹੌਲੀ ਇਹ ਕਾਂਗਰਸ ਤੋਂ ਪਾਸਾ ਵੜਦਾ ਜਾ ਰਹੇ ਆ, ਚਾਹੇ ਉਹ ਗੁਲਾਮ ਨਬੀ ਆਜ਼ਾਦ ਹੋਣ, ਚਾਹੇ ਕਪਿਲ ਸਿੱਬਲ ਹੋਣ, ਤੇ ਚਾਹੇ ਕੈਪਟਨ ਅਮਰਿੰਦਰ ਸਿੰਘ ਵਰਗੇ ਤਾਕੜ ਲੀਡਰ ਹੋਣ, ਸਾਰੇ ਆਪੋ ਆਪਣੇ ਸਵਾਰਥਾਂ ਦੇ ਕਰਕੇ ਕਾਂਗਰਸ ਪਾਰਟੀ ਨੂੰ ਛੱਡ ਚੁੱਕੇ ਆ, ਤੇ ਕਾਂਗਰਸ ਹਾਈਕਮਾਨ ਇਸ ਵੇਲੇ ਇੱਕ ਖਲਾਅ ਦੀ ਸਥਿਤੀ ਦੇ ਵਿੱਚ ਹੈਗੀ ਹੈ। ਤਾਂ ਉਹ ਜੀ ਖਲਾਅ ਦੀ ਸਥਿਤੀ ਨੂੰ ਭਰਨ ਵਾਸਤੇ ਜੇਕਰ ਨਵਜੋਤ ਸਿੱਧੂ ਵਰਗਾ ਇੱਕ ਚਿਹਰਾ ਉਹਨਾਂ ਨੂੰ ਮਿਲਦਾ ਜਿਹੜਾ ਸੈਲੀਬ੍ਰਿਟੀ ਆ, ਉਹ ਮੰਤਰੀ ਪੱਧਰ ਦਾ ਉਹ ਖਿਡਾਰੀ ਹੈਗਾ ਤੇ ਪ੍ਰੋਫਾਈਲ ਵੀ ਉਸ ਦਾ ਕਾਫੀ ਭਾਰੀ ਆ, ਤਾਂ ਉਹ ਸਭ ਕਾਸੇ ਦੇ ਵਿੱਚ ਜੋ ਸੂਚਨਾਵਾਂ ਸਾਡੇ ਤੱਕ ਪਹੁੰਚੀਆਂ ਨੇ ਜਾਂ ਕਨਸੋਵਾਂ ਕਹਿ ਸਕਣਾ, ਸੂਚਨਾਵਾਂ ਨੇ ਜੋ ਕਨਸੋਵਾਂ ਸਾਡੇ ਤੱਕ ਪਹੁੰਚੀਆਂ ਨੇ ਉਹਨਾਂ ਨੂੰ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਦੇਣ ਬਾਰੇ ਵੀ ਸੋਚਿਆ ਜਾ ਰਿਹਾ ਹੈਗਾ, ਤਾਂ ਜੋ 2024 ਦੀਆਂ ਚੋਣਾਂ ਦੇ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਦੇ ਨਾਲ ਜਿਹੜਾ ਅਸਲੀ ਜਿਹੜੀ ਜੰਗ ਆ ਉਹ ਲੜੀ ਜਾ ਸਕੇ। ਹੁਣ ਸੁਖਵਿੰਦਰ ਜੀ ਪ੍ਰਸ਼ਨ ਇਹ ਉੱਠਦਾ ਕਿ ਕੀ
ਨਵਜੋਤ ਸਿੰਘ ਸਿੱਧੂ ਇਸ ਅਹੁਦੇ ਨੂੰ ਸਵੀਕਾਰ ਕਰਨਗੇ, ਕਿਉਂਕਿ ਜਿਸ ਤਰੀਕੇ ਨਾਲ ਬੀਤੇ ਦੌਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਦੋਂ ਉਹ ਸੰਬੰਧਿਤ ਸਨ ਤਾਂ ਉਹਨਾਂ ਨੂੰ ਕੁਰੂਕਸ਼ੇਤਰ ਤੋਂ ਜਦੋਂ ਗੱਲਬਾਤ ਹੋਈ ਰਾਜ ਸਭਾ ਮੈਂਬਰ ਜਾਂ ਚੋਣ ਲੜਾਉਣ ਦੀ ਗੱਲ ਕੀਤੀ ਤਾਂ ਉਹਨਾਂ ਨੇ ਇੰਨੀ ਗੱਲ ਕਹੀ ਕਿ ਨਹੀਂ ਮੈਂ ਪੰਜਾਬ ਨੂੰ ਸਮਰਪਿਤ ਆ, ਪੰਜਾਬ ਤੋਂ ਬਾਹਰ ਨਹੀਂ ਜਾਵਾਂਗਾ। ਤਾਂ ਹੁਣ ਜੇਕਰ ਉਹ ਕੇਂਦਰ ਦੀ ਕਾਂਗਰਸ ਹਾਈ ਕਮਾਨ ਦੇ ਵਿੱਚ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਤਾਂ ਫਿਰ ਇਹ ਉਹਨਾਂ ਤੇ ਹੋਵੇਗਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਾਸਤੇ ਸਹਿਮਤ ਹੁੰਦੇ ਆ। ਚੀਜ਼ ਨੂੰ ਇੱਦਾਂ ਵੀ ਲਿਆ ਜਾ ਸਕਦਾ ਕਿ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਜੇ ਉੱਥੇ ਜਾਂਦੇ ਇੱਕ ਤਾਂ ਪਾਰਟੀ ਲੈਵਲ ਤੇ ਵੀ ਕਾਫੀ ਜਿਹੜਾ ਉਹ ਵੱਧ ਜਾਏਗਾ ਔਰ ਉਹਨਾਂ ਦੇ ਨਾਲ ਜੁੜਨ ਵਾਲੇ ਲੋਕਾਂ ਦੀ ਵੀ ਗਿਣਤੀ ਕਾਫੀ ਜਿਹੜੀ ਆ ਵੱਧ ਜਾਏਗੀ। ਔਰ ਦੂਜੇ ਪਾਸੇ ਹਾਈਕਮਾਨ ਕਾਫੀ ਜੇ ਹੋ ਜਾਣਗੇ ਜੇਕਰ ਉੱਥੇ ਜਾਂਦੇ ਆ ਤਾਂ ਪੰਜਾਬ ਦੀ ਲੜਾਈ ਤਾਂ ਜਿਹੜੀ ਹਲੇ 27 ਤੱਕ ਹੈ, ਕਿਸੇ ਵੀ ਸਮੇਂ ਆਖਦੇ ਹੈ ਆਪਾਂ ਬਹੁਤ ਸਾਰੇ ਲੀਡਰ ਜਿਹੜੇ ਉਹ ਦੇਖੇ ਹੀ ਆਇਆ ਜਦੋਂ ਕੈਪਟਨ ਅਮਰਿੰਦਰ ਸਿੰਘ ਪਾਸੇ ਰਹੇ ਨੇ 16 ਦੇ ਵਿੱਚ ਦੁਬਾਰਾ ਆ ਗਏ, ਅਸ਼ੋਕ ਗਹਿਲੋਤ ਰਾਜਸਥਾਨ ਦੀ ਪੋਲਿਟਿਕਸ ਚੋਂ ਪਾਸੇ ਰਹੇ ਜਦੋਂ ਵੋਟਾਂ ਸੀ ਤਾਂ ਸਾਲ ਪਹਿਲਾਂ ਫਿਰ ਦੁਬਾਰਾ ਵਾਪਸ ਆ ਗਏ। ਹਾਂ ਸੁਖਵਿੰਦਰ ਜੀ ਬਿਲਕੁਲ, ਜਿਹੜੀ ਰਾਜ ਪੱਧਰ ਦੇ ਉੱਤੇ ਧੜੇਬਾਜ਼ੀ ਹੁੰਦੀ ਹੈ ਉਸ ਨੂੰ ਖਤਮ ਕਰਨ ਵਾਸਤੇ ਨੰਬਰ 2 2027 ਦਾ ਸੁਖਵਿੰਦਰ ਜੀ ਸਮਾਂ ਅਜੇ ਬਹੁਤ ਦੂਰ ਹੈਗਾ ਤਾਂ ਉਸ ਸਮੇਂ ਦੇ ਵਿੱਚ ਬਹੁਤ ਕੁਝ ਬਦਲਾਵ ਸੁਖਵਿੰਦਰ ਜੀ ਹੋ ਸਕਦੇ ਆ। ਸ਼ਾਇਦ ਕਾਂਗਰਸ ਹਾਈਕਮਾਨ ਇਹੋ ਦਾ ਖੇਡਣ ਦੇ ਮੂਡ 'ਚ ਹੋਵੇ ਕਿ ਇਹ ਜਿਹੜੇ 3 ਜਾਂ 4 ਸਾਲ ਹੈਗੇ ਨੇ ਅਜੇ ਪੰਜਾਬ ਦੇ ਵਿੱਚ ਉਹ ਸਰਗਰਮ ਰਾਜਨੀਤੀ ਦੇ ਕਾਂਗਰਸ ਦੀ ਭੂਮਿਕਾ ਨਿਭਾਉਣ ਵਾਸਤੇ ਉਸ ਤੋਂ ਪਹਿਲਾਂ ਨਵਜੋਤ ਸਿੱਧੂ ਨੂੰ ਕੇਂਦਰ ਦੀ ਹਾਈਕਮਾਨ ਦੇ ਵਿੱਚ ਲਿਜਾ ਕੇ ਉਹਨਾਂ ਦੀ ਵਰਤੋਂ ਉੱਥੇ ਕੀਤੀ ਜਾ ਸਕੇ, ਉਹਨਾਂ ਨੂੰ ਠੀਕ ਤਰੀਕੇ ਦੇ ਨਾਲ ਜਿਹੜੀ ਭੂਮਿਕਾ ਉਹ ਜੋ ਨਿਭਾਉਂਦੇ ਨੇ ਉਹਦੇ ਸਿਰ ਤੇ ਕੱਲ ਨੂੰ ਜੇਕਰ ਕਾਂਗਰਸ ਪਾਰਟੀ ਇੱਕ ਚੰਗਾ ਪ੍ਰਦਰਸ਼ਨ ਕਰ ਪਾਉਂਦੀ ਆ ਤਾਂ ਸ਼ਾਇਦ ਉਸਦਾ ਜ਼ਮਾਨਾ 2027 ਦੇ ਵਿੱਚ ਉਹਨਾਂ ਨੂੰ ਦਿੱਤਾ ਜਾ ਸਕਦਾ। ਇਸ ਗੱਲ ਦੀ ਵੀ ਸੰਭਾਵਨਾ ਜਿਹੜੀ ਆ ਸੁਖਵਿੰਦਰ ਜੀ ਬਣੀ ਹੈਗੀ ਆ ਕਿ ਕਿਉਂਕਿ ਜਿਸ ਤਰੀਕੇ ਨਾਲ ਇਸ ਵੇਲੇ ਪੰਜਾਬ ਕਾਂਗਰਸ ਦੇ ਵਿੱਚ ਵੀ ਨਵਜੋਤ ਸਿੱਧੂ ਇੱਕ ਵੱਖਰੇ ਤੌਰ ਤੇ ਵਿਚਰਦੇ ਦਿਖਾਈ ਦੇ ਰਹੇ ਆ ਤੇ ਦੂਜੇ ਪਾਸੇ ਰਾਜਾ ਵੜਿੰਗ ਜਿਹੜੀ ਟੀਮ ਜਿਹੜੀ ਆ ਉਹ ਇੱਕ ਵਿੱਥ ਬਣਾ ਕੇ ਚੱਲਦੀ ਪਈ ਆ ਤਾਂ ਇਸ ਵਿੱਥ ਨੂੰ ਭਰਨ ਵਾਸਤੇ ਜ਼ਰੂਰੀ ਆ ਕਿ ਦੋਵਾਂ ਦੇ ਵਿਚਕਾਰ ਜਿਹੜੀ ਇੱਕ ਜਿਹੜੀ ਸੀਤ ਜੰਗ ਜਿਹੜੀ ਚੱਲ ਰਹੀ ਆ ਉਸ ਨੂੰ ਖਤਮ ਕੀਤਾ ਜਾਵੇ ਤਾਂ ਸੀਤ ਜੰਗ ਨੂੰ ਖਤਮ ਕਰਨ ਵਾਸਤੇ ਇਹੋ ਹੀ ਤਰੀਕਾ ਕਾਂਗਰਸ ਦੀ ਹਾਈਕਮਾਨ ਨੂੰ ਸੋਚ ਸਕਦੀ ਹੈ ਕਿ ਹਾਂ ਭਾਈ ਇਹਨਾਂ ਨੂੰ ਹਾਈਕਮਾਨ ਦੇ ਪੱਧਰ ਉੱਥੇ ਜਾ ਕੇ ਕੌਮੀ ਪੱਧਰ ਤੇ ਕੋਈ ਜਿਹੜੀ ਜ਼ਿੰਮੇਵਾਰੀ ਦਵਾ ਦਿੱਤੀ ਜਾਵੇ ਤਾਂ ਜੋ ਰਾਜ ਦੇ ਵਿੱਚ ਇਹਨਾਂ ਦਾ ਕਿਸੇ ਨਾਲ ਵੀ ਟਕਰਾਓ ਜਿਹੜਾ ਉਹ ਨਾ ਹੋਵੇ। ਬਾਕੀ ਜਦੋਂ ਸਥਿਤੀਆਂ ਬਦਲਣਗੀਆਂ ਉਸ ਸਮੇਂ ਨਵੇਂ ਨਵੇਂ ਚਿਹਰੇ ਸੁਖਵਿੰਦਰ ਜੀ ਸਥਾਪਿਤ ਹੋ ਸਕਦੇ ਆ। ਬਾਕੀ ਇਹ ਜਿਹੜਾ ਪ੍ਰਸ਼ਨ ਜਿਹੜਾ ਤੁਹਾਡਾ ਉਹ ਇਹੋ ਸੀ ਕਿ ਕਿਹਦੀ ਕੇਂਦਰ ਦੀ ਕਾਂਗਰਸ ਦੀ ਹਾਈਕਮਾਨ ਆ ਕਿ ਨਵਜੋਤ ਸਿੱਧੂ ਨੂੰ ਕੋਈ ਅਹਿਮ ਅਹੁਦਾ ਦੇਣ ਜਾ ਰਹੀ ਆ ਤਾਂ ਉਸਦੀਆਂ ਜੋ ਕਨਸੋਵਾਂ ਸੁਖਵਿੰਦਰ ਜੀ ਸਾਡੇ ਤੱਕ ਪਹੁੰਚੇ ਨੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਜਿਹੜਾ ਉਹ ਥਾਪਿਆ ਜਾ ਸਕਦਾ ਕਿਉਂਕਿ ਕਾਂਗਰਸ ਦੇ ਵਿੱਚ ਕਾਂਗਰਸ ਦੀ ਹਾਈਕਮਾਨ ਦੇ ਵਿੱਚ ਖਲਾਅ ਦੀ ਸਥਿਤੀ ਆ ਕਿਉਂਕਿ ਉਹ ਚਿਹਰੇ ਜਿਹੜੇ ਕਦੇ ਕਾਂਗਰਸ ਦੀ ਇੱਕ ਆਈਡੈਂਟੀਫਿਕੇਸ਼ਨ ਹੁੰਦੇ ਸਨ ਹੌਲੀ ਹੌਲੀ ਸਾਰਾ ਉਹਨਾਂ ਦਾ ਸਾਥ ਜਿਹੜਾ ਉਹ ਛੱਡ ਚੁੱਕੇ ਨੇ। ਚਾਹੇ ਜਿਸ ਤਰੀਕੇ ਨਾਲ ਗੁਲਾਮ ਨਬੀ ਆਜ਼ਾਦ ਦੀ ਗੱਲ ਕੀਤੀ ਹੈ, ਕਪਿਲ ਸਿੱਬਲ ਦੀ ਗੱਲ ਕੀਤੀ ਹੈ, ਬੜੇ ਨਾਮ ਇੱਦਾਂ ਦੇ ਨੇ ਤਾਂ ਉਹਨਾਂ ਦੇ ਵਿੱਚ ਹੁਣ ਨਵਜੋਤ ਸਿੱਧੂ ਜੇਕਰ ਐਂਟਰੀ ਕਰਦੇ ਨੇ ਤਾਂ ਕੁਦਰਤੀ ਤੌਰ ਤੇ ਕਾਂਗਰਸ ਹਾਈਕਮਾਨ ਇਸ ਨੂੰ ਜ਼ਰੂਰ ਇਸਦਾ ਸਿਆਸੀ ਲਾਹਾ ਲੈਣ ਵਾਸਤੇ ਉਹ ਚਾਹਵਾਨ ਹੋਵੇਗੀ ਕਿਉਂਕਿ ਨਵਜੋਤ ਸਿੱਧੂ ਕੌਮਾਂਤਰੀ ਪੱਧਰ ਤੇ ਸੈਲੀਬ੍ਰਿਟੀ ਨੇ। ਜੀ ਬਿਲਕੁਲ ਬਿਲਕੁਲ, ਚਲੋ ਅੱਜ ਦਾ ਸਾਡਾ ਪ੍ਰੋਗਰਾਮ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਰਾਜਸਥਾਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।